ਸਾ ਸੱਛੀ ਕਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਆਪਾਂ ਕੜਾ ਪ੍ਰਸ਼ਾਦ ਬਣਾ ਕੇ ਤਿਆਰ ਕਰਾਂਗੇ ਮੈਨੂੰ ਬਹੁਤ ਜ਼ਿਆਦਾ ਰਿਕੁਐਸਟ ਆ ਰਹੀਆਂ ਸੀ ਕਿ ਕੜਾ ਪ੍ਰਸ਼ਾਦ ਦੀ ਰੈਸਪੀ ਸ਼ੇਅਰ ਕਰੋ ਤੇ ਬਿਲਕੁਲ ਸਹੀ ਮਾਪ ਨਾਲ ਆਪਾਂ ਇਹ ਕੜਾ ਪ੍ਰਸ਼ਾਦ ਬਣਾ ਕੇ ਤਿਆਰ ਕਰਾਂਗੇ ਜਿਹੜੇ ਤਰੀਕੇ ਨਾਲ ਮੈਂ ਕੜਾ ਪ੍ਰਸ਼ਾਦ ਤੁਹਾਨੂੰ ਦੱਸਾਂਗੀ ਉਸ ਤਰੀਕੇ ਨਾਲ ਕੜਾ ਪ੍ਰਸ਼ਾਦ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਏਗਾ ਸਿੱਖ ਧਰਮ ਦੇ ਵਿੱਚ ਕੜਾ ਪ੍ਰਸ਼ਾਦ ਹਰ ਇੱਕ ਇਨਸਾਨ ਨੂੰ ਬਣਾਉਣਾ ਆਉਣਾ ਚਾਹੀਦਾ ਹੈ ਕੜਾ ਪ੍ਰਸ਼ਾਦ ਬਣਾਉਣਾ ਬਹੁਤ ਜ਼ਿਆਦਾ ਆਸਾਨ ਹੈ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕਵੈਸਟ ਹੈ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤੇ ਆਓ ਕੜਾ ਪ੍ਰਸ਼ਾਦ ਬਣਾਉਂਦੀ ਰੈਸਪੀ ਸ਼ੁਰੂ ਕਰਦੇ ਹਾਂ ਗੜਾ ਪ੍ਰਸ਼ਾਦ ਵਾਸਤੇ ਮੈਂ ਸਾਰਾ ਸਮਾਨ ਮਾਪ ਕੇ ਰੱਖਿਆ ਹੋਇਆ ਹੈ ਇਹਦੇ ਵਾਸਤੇ ਆਪਾਂ ਨੂੰ ਆਟਾ ਚਾਹੀਦਾ ਹੈ ਇੱਕ ਕੋਲੀ ਆਟੇ ਨੂੰ ਛਾਂਕਿਆ ਗਿਆ ਹੈ ਇਸ ਟਿਕਰਨ ਆਪਣ-ਆਪ ਕੇ ਆਟਾ ਲੈਣਾ ਹੈ ਤੇ ਜਿਹੜੇ ਖੰਡ ਲੈਣੀ ਹੈ ਉਹ ਆਪਾਂ ਇੱਕ ਕੋਲੀ ਪੂਰੀ ਵੀ ਲੈ ਸਕਦੇ ਆ ਮੈਂ ਇੱਥੇ ਪੌਣੀ ਕੋਲੀ ਖੰਡ ਦੀ ਲਈ ਹੈ ਤੇ ਕਿਉਂ ਜਿਹੜਾ ਹੈ ਪੂਰੀ ਇੱਕ ਕੋਲੀ ਲਈ ਹੈ ਤਿੰਨੋਂ ਕੋਲੀਆਂ ਇੱਕੋ ਸਾਈਜ਼ ਦੇ ਹੀ ਆਪਾਂ ਇੱਥੇ ਲੈਣੀਆਂ ਹਨ ਸਭ ਤੋਂ ਪਹਿਲਾਂ ਆਪਾਂ ਗੜਾ ਪ੍ਰਸ਼ਾਦ ਵਾਸਤੇ ਪਾਣੀ ਮਾਪ ਲਵਾਂਗੇ ਇੱਥੇ ਆਪਾਂ ਸੇਮ ਉਹੀ ਕੌਲੀ ਲਵਾਂਗੇ ਤੇ ਢਾਈ ਕੌਲੀਆਂ ਪਾਣੀ ਦੇ ਆਪਾਂ ਇੱਥੇ ਮਾਪ ਲਵਾਂਗੇ ਇਸ ਤਰ੍ਹਾਂ ਭਰ-ਭਰ ਕੇ ਕੌਲੀਆਂ ਮਾਪਾਂਗੇ ਦੋ ਕੌਲੀਆਂ ਆਪਾਂ ਪੂਰੀਆਂ ਮਾਪ ਲਵਾਂਗੇ ਤੇ ਇੱਕ ਕੌਲੀ ਆਪਾਂ ਅੱਧੀ ਪਾਣੀ ਦੀ ਲੈਣੀ ਹੈ ਇੱਕ ਕੌਲੀ ਕਣਕ ਦਾ ਆਟਾ ਇੱਕ ਕੌਲੀ ਪੂਰੀ ਦੇਸੀ ਘਿਓ ਦੀ ਤੇ ਨਾਲ ਹੀ ਇੱਕ ਕੌਲੀ ਖੰਡ ਦੀ ਲੱਗਦੀ ਹੈ ਖੰਡ ਜੇ ਬਰੀਕ ਹੋਵੇ ਤਾਂ ਇੱਕ ਕੌਲੀ ਲੱਗਦੀ ਹੈ ਜੇ ਖੰਡ ਜ਼ਿਆਦਾ ਮੋਟੀ ਹੋਵੇ ਤਾਂ ਥੋੜੀ ਜੀ ਆਪਾਂ ਖੰਡ ਘੱਟ ਲਵਾਂਗੇ ਯਾਨੀ ਕਿ ਪੌਣੀ ਕੌਲੀ ਤੋਂ ਥੋੜੀ ਜੀ ਖੰਡ ਲਵਾਂਗੇ ਹੁਣ ਇਥੇ ਮੈਂ 2 ਢਾਈ ਕੋਲੀਆਂ ਪਾਣੀ ਦੀਆਂ ਪੈਨ ਵਿੱਚ ਪਾ ਲਈਆਂ ਹਨ ਤੇ ਇਹਨੂੰ ਆਪਾਂ ਗੈਸ ਤੇ ਰੱਖ ਕੇ ਗਰਮ ਕਰ ਲਵਾਂਗੇ ਹੁਣ ਇਸ ਪਾਣੀ ਦੇ ਵਿੱਚ ਆਪਾਂ ਖੰਡ ਵਾਲੀ ਕੋਲੀ ਜਿਹੜੀ ਹੈ ਉਹ ਪਾ ਦੇਵਾਂਗੇ ਇਹ ਜਿਹੜਾ ਪਾਣੀ ਹੈ ਜਿਸ ਵਿੱਚ ਆਪਾਂ ਖੰਡ ਪਾਈ ਹੈ ਇਸ ਨੂੰ ਆਪਾਂ ਬਹੁਤ ਜ਼ਿਆਦਾ ਬੋਇਲ ਨਹੀਂ ਕਰਨਾ ਬਸ ਇੱਕ ਬੋਇਲ ਆਉਣ ਤੇ ਆਪਾਂ ਇਸ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਖੰਡ ਬਿਲਕੁਲ ਮੈਲਟ ਹੋ ਚੁੱਕੀ ਹੈ ਪਾਣੀ ਨੂੰ ਹਲਕਾ ਜਿਹਾ ਬੋਇਲ ਆ ਗਿਆ ਹੈ ਇਸ ਟਾਈਮ ਤੇ ਆਪਾਂ ਗੈਸ ਦੀ ਫਲੇਮ ਹੁਣ ਬੰਦ ਕਰ ਦੇਵਾਂਗੇ ਹੁਣ ਮੈਂ ਗੈਸ ਦੇ ਉੱਪਰ ਕੜਾਈ ਰੱਖੀ ਹੈ ਇਹਦੇ ਵਿੱਚ ਆਪਾਂ ਕਿਓ ਪਾਵਾਂਗੇ ਕਿਓ ਜਿਹੜਾ ਹੈ ਇਹਦੇ ਵਿੱਚ ਦੋ ਕ ਚਮਚ ਆਪਾਂ ਰੱਖ ਲਵਾਂਗੇ ਤੇ ਬਾਕੀ ਦਾ ਸਾਰਾ ਕਿਓ ਆਪਾਂ ਕੜਾਈ ਵਿੱਚ ਐਡ ਕਰ ਦੇਵਾਂਗੇ ਇਸ ਬਚੇ ਹੋਏ ਕਿਓ ਨੂੰ ਆਪਾਂ ਬਾਅਦ ਵਿੱਚ ਵਰਤਾਂਗੇ ਕਿਓ ਹੁਣ ਮੈਲਟ ਹੋ ਗਿਆ ਹੈ ਇਹਦੇ ਵਿੱਚ ਆਪਾਂ ਕਣਕ ਦਾ ਆਟਾ ਐਡ ਕਰ ਦੇਵਾਂਗੇ ਲਗਾਤਾਰ ਹੁਣ ਆਪਾਂ ਖੁਰਪੀ ਨਾਲ ਇਸ ਆਟੇ ਨੂੰ ਇਸ ਤਰੀਕੇ ਨਾਲ ਪੁੰਨਾਂਗੇ ਲਗਾਤਾਰ ਆਪਾਂ ਇਹਦੇ ਵਿੱਚ ਇਸ ਤਰੀਕੇ ਨਾਲ ਖੁਰਪੀ ਚਲਾਉਂਦੇ ਰਵਾਂਗੇ ਬਿਲਕੁਲ ਵੀ ਨਹੀਂ ਛੱਡਾਂਗੇ ਨੇਤਾ ਜੜਾ ਇਹ ਆਟੇ ਦਾ ਕੜਾ ਹੁੰਦਾ ਹੈ ਬਹੁਤ ਜਲਦੀ نیچے ਲੱਗ ਜਾਂਦਾ ਹੈ ਲਗਾਤਾਰ ਆਪਾਂ ਇਸ ਤਰੀਕੇ ਨਾਲ ਖੁਰਪੀ ਚਲਾਉਂਦੇ ਰਹਿਣਾ ਹੈ ਤੇ ਗੈਸ ਦੀ ਫਲੇਮ ਹੈ ਜਿਹੜੀ ਆਪਾਂ ਲੋ ਟੂ ਮੀਡੀਅਮ ਰੱਖਾਂਗੇ ਕੜਾ ਪ੍ਰਸ਼ਾਦ ਬਣਾਉਣ ਵਾਸਤੇ ਜਿਹੜੀ ਆਪਣੀ ਕੜਾਈ ਹੁੰਦੀ ਹੈ ਉਹ ਜਾਂ ਆਪਾਂ ਲੋਹੇ ਦੀ ਲੈਣੀ ਹੈ ਸਰ ਬਲੋ ਜਾਂ ਫਿਰ ਤੁਸੀਂ ਇਸ ਤਰ੍ਹਾਂ ਦੀ ਸਟੀਲ ਦੀ ਕੜਾਈ ਲੈ ਸਕਦੇ ਹੋ ਆਪਾਂ ਇੱਥੇ ਨਾਨ ਸਟਿਕ ਕੜਾਈ ਦਾ ਯੂਜ਼ ਨਹੀਂ ਕਰਾਂਗੇ ਕਿਉਂਕਿ ਕੜਾ ਪ੍ਰਸ਼ਾਦ ਜਿਹੜਾ ਹੈ ਇਸ ਤਰ੍ਹਾਂ ਦੇ ਕੜਾਈਆਂ ਵਿੱਚ ਹੀ ਵਧੀਆ ਬਣਦਾ ਹੈ ਹੁਣ ਦੇਖੋ ਆٹے ਦਾ ਜਿਹੜਾ ਕਲਰ ਹੈ ਇਸ ਤਰੀਕੇ ਨਾਲ ਹਲਕਾ ਜਿਹਾ 골ਡਨ ਹੋਣਾ ਸ਼ੁਰੂ ਹੋ ਗਿਆ ਹੈ ਥੋੜਾ ਜਿਹਾ ਆਪਾਂ ਇਹਨੂੰ ਹੋਰ ਪੁੰਨਾਂਗੇ ਲਗਾਤਾਰ ਆਟੇ ਨੂੰ ਆਪਾਂ ਇਸ ਤਰੀਕੇ ਨਾਲ ਕਿਉ ਵਿੱਚ ਪੁੰਨਿਆ ਹੈ ਫਲੇਮ ਨੂੰ ਆਪਾਂ ਇੱਥੇ ਲੋ ਟੂ ਮੀਡੀਅਮ ਹੀ ਰੱਖਣਾ ਹੈ ਦੇਖੋ ਕਲਰ ਬਹੁਤ ਜ਼ਿਆਦਾ ਵਧੀਆ ਆਉਣਾ ਸ਼ੁਰੂ ਹੋ ਗਿਆ ਹੈ ਤੇ ਜਿਹੜਾ ਆਟਾ ਹੈ ਉਹ ਵੀ ਆਪਣਾ ਹਲਕਾ ਹੋ ਗਿਆ ਹੈ ਕਿਉਂਕਿ ਆਟੇ ਨੇ ਕਿਉ ਛੱਡ ਦਿੱਤਾ ਹੈ ਹੁਣ ਆਟਾ ਦੇਖ ਸਕਦੇ ਹੋ ਕਿੰਨਾ ਵਧੀਆ ਪੁੱਜ ਕੇ ਤਿਆਰ ਹੋਇਆ ਹੈ ਕਲਰ ਬਹੁਤ ਹੀ ਵਧੀਆ 골ਡਨ ਜਿਹਾ ਆ ਗਿਆ ਹੈ ਬਿਲਕੁਲ ਪਰਫੈਕਟ ਆਪਣਾ ਆਟੇ ਦਾ ਕਲਰ ਹੈ ਹੁਣ ਆਪਾਂ ਗੈਸ ਦੀ ਫਲੇਮ ਜਿਹੜੀ ਹੈ ਬਿਲਕੁਲ ਲੋ ਕਰ ਦੇਵਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਚਾਸ਼ਨੀ ਐਡ ਕਰਾਂਗੇ ਜਿਹੜੀ ਆਪਾਂ ਬਣਾ ਕੇ ਰੱਖੀ ਸੀ ਨਾਲ ਦੀ ਨਾਲ ਆਪਾਂ ਇਹ ਚਾਸ਼ਨੀ ਵਾਲਾ ਪਾਣੀ ਪਾਉਂਦੇ ਜਾਵਾਂਗੇ ਤੇ ਨਾਲ ਦੀ ਨਾਲ ਆਪਾਂ ਇਸ ਦੇ ਵਿੱਚ ਖੁਰਫੀ ਲਗਾਉਂਦੇ ਜਾਵਾਂਗੇ ਹਾਲੇ ਆਪਾਂ ਫਲੇਮ ਨੂੰ ਲੋ ਰੱਖਣਾ ਹੈ ਕਿਉਂਕਿ ਛਿੱਟੇ ਬਹੁਤ ਜ਼ਿਆਦਾ ਪੈਂਦੇ ਆ ਤਾਂ ਫਟਾਫਟ ਇਸ ਤਿੱਕੇ ਨਾਲ ਮਿਕਸ ਕਰਦੇ ਜਾਵਾਂਗੇ ਹੁਣ ਆਪਾਂ ਗੈਸ ਦੀ ਫਲੇਮ ਮੀਡੀਅਮ ਕਰ ਦੇਵਾਂਗੇ ਤੇ ਮੀਡੀਅਮ ਫਲੇਮ ਤੇ ਆਪਾਂ ਇਸ ਕੜਾਹ ਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ ਉਹ ਜਿਹੜਾ ਆਪਾਂ ਸਾਈਡ ਤੇ ਘਿਓ ਪਾ ਕੇ ਰੱਖਿਆ ਸੀ ਉਹਦੇ ਵਿੱਚ ਇੱਕ ਚਮਚ ਆਪਾਂ ਘਿਓ ਦਾ ਕੜਾਹ ਪ੍ਰਸ਼ਾਦ ਵਿੱਚ ਪਾ ਦਵਾਂਗੇ ਜਰੂਰਤ ਪੈਣ ਤੇ ਆਪਾਂ ਬਾਕੀ ਦਾ ਘਿਓ ਵੀ ਯੂਜ਼ ਕਰ ਸਕਦੇ ਆ ਪਰ ਮੈਨੂੰ ਲੱਗਦਾ ਹੈ ਇੰਨਾ ਘਿਓ ਬਹੁਤ ਹੈ ਚੰਗੀ ਤਰ੍ਹਾਂ ਫਟਾਫਟ ਆਪਾਂ ਘਿਓ ਪਾ ਕੇ ਪ੍ਰਸ਼ਾਦ ਨੂੰ ਭੁੰਨ ਲਵਾਂਗੇ ਕੜਾਹ ਪ੍ਰਸ਼ਾਦ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕੜਾਈ ਵਿੱਚ ਘੁਮਣਾ ਸ਼ੁਰੂ ਹੋ ਗਿਆ ਹੈ ਬਿਲਕੁਲ ਜਿਹੜੀ ਹੈ ਕੜਾਈ ਛੱਡ ਦਿੱਤੀ ਹੈ ਪ੍ਰਸ਼ਾਦ ਦੇ ਆਪਣਾ ਹੁਣ ਜਿਹੜਾ ਕੜਾਹ ਪ੍ਰਸ਼ਾਦ ਹੈ ਬਿਲਕੁਲ ਪਰਫੈਕਟ ਬਣ ਕੇ ਤਿਆਰ ਕੜਾ ਪ੍ਰਸ਼ਾਦ ਦੀ ਕੰਸਿਸਟੈਂਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਦੋਂ ਠੰਡਾ ਹੋ ਜਾਏਗਾ ਤਾਂ ਥੋੜਾ ਜਿਹਾ ਸਖਤ ਹੋ ਜਾਏਗਾ ਬਹੁਤ ਹੀ ਵਧੀਆ ਆਪਾਂ ਕੜਾ ਪ੍ਰਸ਼ਾਦ ਨੂੰ ਹੁਣ ਭੁੰਨ ਲਿਆ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਜਦੋਂ ਵੀ ਕੜਾ ਪ੍ਰਸ਼ਾਦ ਬਣਾਓ ਹਮੇਸ਼ਾ 1-2 ਚਮਚ ਘਿਓ ਦੇ ਬਾਅਦ ਵਿੱਚ ਐਡ ਕਰੋ ਤੇ ਕੜਾ ਪ੍ਰਸ਼ਾਦ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਇਸ ਗਰਮ ਗਰਮ ਕੜਾ ਪ੍ਰਸ਼ਾਦ ਨੂੰ ਇੱਕ ਥਾਲੀ ਦੇ ਵਿੱਚ ਪਾ ਦਵਾਂਗੇ ਹੁਣ ਗੁਰਪੁਰਬ ਆ ਰਿਹਾ ਹੈ ਤੁਸੀਂ ਇਹ ਵਾਲਾ ਕੜਾ ਪ੍ਰਸ਼ਾਦ ਜ਼ਰੂਰ ਬਣਾ ਕੇ ਦੇਖਣਾ ਤੁਹਾਡਾ ਕੜਾ ਪ੍ਰਸ਼ਾਦ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਏਗਾ ਅਸਲੀ ਕੜਾ ਪ੍ਰਸ਼ਾਦ ਤਾਂ ਗੁਰਦੁਆਰਾ ਸਾਹਿਬ ਵਿੱਚ ਹੀ ਹੁੰਦਾ ਹੈ ਪਰ ਜਦੋਂ ਆਪਾਂ ਘਰ ਵਿੱਚ ਬਾਣੀ ਪੜਦੇ ਪੜਦੇ ਪ੍ਰਸ਼ਾਦ ਬਣਾਉਂਦੇ ਆ ਤਾਂ ਉਹ ਵੀ ਅੰਮ੍ਰਿਤ ਬਣ ਜਾਂਦਾ ਹੈ ਤਾਂ ਹੰਦ ਮੇਰਾ ਕੜਾ ਪ੍ਰਸ਼ਾਦ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਲੱਗਿਆ ਮੈਨੂੰ ਕਮੈਂਟਸ ਵਿੱਚ ਜੋ ਦੱਸਣਾ ਤੇ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰਨਾ ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਟੇਡਿਸ਼ੀਅਸ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ